लिखे शब्दों को मत पढ़िए, केवल शब्द जिस रंग से लिखा है उन रंगों को पढ़ने का प्रयास करें। ये लिखा नीला हरा तिर दे ऊपर टॉप से आ गया सूरज, देखिए आ गया सूरज के ऊपर आ गया बदल। हाँ देखो पानी की भी आ रहा है। ਸਤਿ ਸ਼੍ਰੀ ਅਕਾਲ, ਵੈਲਕਮ ਟੂ ਮਾਈ ਨਿਊ ਬਲੌਗ। ਦਿਸ ਸਾਈਡ ਇਜ਼ ਰਮਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਰਮਨ ਕੇ ਵਲੌਗਸ। ਡੇਲੀ ਦੀ ਤਰ੍ਹਾਂ ਅੱਜ ਵੀ ਮੈਂ ਉੱਠ ਗਿਆ ਜੀ ਸਵੇਰੇ 5 ਵਜੇ। ਹੁਣ ਮੈਂ ਚੱਲਾਂ ਜਿੰਮ, ਹਨੇਰਾ ਹੋ ਰਿਹਾ ਜੀ, ਦਿਨਾਂ ਦੇ ਵਿੱਚ ਫਰਕ ਪੈ ਗਿਆ। ਜਿਹੜਾ ਟਾਈਮ ਸਵੇਰੇ ਸੋਰੀ ਜਿਹੜਾ ਚਾਨਣ ਸਵੇਰੇ 4:30-5:15 ਦੇ ਲਾਗੇ ਛਾਗੇ ਹੁੰਦਾ ਸੀ, ਉਸ ਟਾਈਮ 5:30 ਤੋਂ ਬਾਅਦ ਹੋ ਰਿਹਾ। ਉਸ ਟਾਈਮ 5:30 ਹੋ ਗਏ ਨੇ, 5:38 ਹੋ ਗਏ ਹੈ, ਅਤੇ ਮੈਂ ਚੱਲਾਂ ਜਿੰਮ। ਬਾਕੀ ਸਾਹਮਣੇ ਵਾਲੇ ਪੇੜ ਦੇ ਕਿਤੇ ਬੈਠੀ ਕੋਇਲ ਦਿਖ ਰਹੀ ਨਹੀਂ, ਉਹ ਗਈ ਉੜ ਗਈ। ਚਲੋ ਜੀ ਹੁਣ ਆਪਾਂ ਵੀ ਉੱਡਦੇ ਹਾਂ ਜਿੰਮ ਵਾਲੀ ਸਾਈਡ ਨੂੰ। ਬਾਕੀ ਯਾਰ ਜਿਵੇਂ ਅੱਜ ਬੱਦਲ ਹੋਇਆ ਨਾ, ਯਾਰ ਦੇਖੋ ਚੜ੍ਹੇ ਪਾਸੇ ਨੂੰ ਦੇਖ ਕੇ ਲੱਗ ਰਿਹਾ ਕਿ ਅੱਜ ਧੁੱਪ ਨਹੀਂ ਆਉਣੀ, ਅੱਜ ਬਾਰਿਸ਼ ਆਏਗੀ। ਦੇਖੋ ਇੱਧਰ ਵੀ ਬੱਦਲ ਹੋਇਆ ਜੀ, ਬਾਰਿਸ਼ ਆਊਗੀ। ਵੈਸੇ ਅੱਜ ਆਪਣਾ ਪਲੈਨ ਹੈਗਾ ਜਾਣ ਦਾ ਕੁਰੂਕਸ਼ੇਤਰ, ਸੋ ਲੈਟਸ ਸੀ ਬਾਰਿਸ਼ ਆਉਂਦੀ ਹੈ ਕੁਰੂਕਸ਼ੇਤਰ ਜਾਂਦੇ ਹਾਂ, ਪਤਾ ਨਹੀਂ ਕੀ ਹੁੰਦਾ। ਫਿਲਹਾਲ ਆਪਾਂ ਘਰੇ ਚੱਲ ਕੇ ਰੇਡੀ ਹੁੰਦੇ ਹਾਂ, ਫਿਰ ਦੱਸਾਂਗੇ ਤੁਹਾਨੂੰ, ਫਿਰ ਦੇਖਦੇ ਹਾਂ। ਸੋਰੀ ਸਲੋ ਜੀ ਗਾਈਸ, ਮੈਂ ਜਿੰਮ ਤੋਂ ਆ ਕੇ ਹੋ ਗਿਆ ਜੀ ਰੇਡੀ। ਵਧੀਆ ਹੋਇਆ ਮੌਸਮ, ਠੰਡਾ ਜਿਹਾ ਹੈਗਾ, ਥੋੜ੍ਹਾ ਬੱਦਲ ਵੀ ਆ ਰਿਹਾ, ਅਤੇ ਆਪਣਾ ਪਲੈਨ ਬਣ ਗਿਆ ਜਾਣ ਦਾ ਕੁਰੂਕਸ਼ੇਤਰ। ਮੈਂ 5 ਮਿੰਟ ਕੁਰੂਕਸ਼ੇਤਰ ਲਈ ਨਿਕਲ ਰਿਹਾ ਜੀ, ਗਲਵਸ ਵੀ ਪਾ ਲਏ ਨੇ, ਚਾਹ ਵੀ ਪੀ ਲਈ ਹੈ, ਬਿਸਕੁਟ ਵੀ ਖਾ ਲਏ ਨੇ, ਅਤੇ 2 ਬਿਸਕੁਟ ਖਾਏ ਸੀ, ਇੱਕ ਮੱਠੀ ਖਾਈ ਸੀ ਨਾਲ, ਅਤੇ ਮੈਂ ਤਿਆਰ ਹੋ ਗਿਆ ਜੀ। ਬਸ ਹੁਣ ਬਾਈਕ ਚੱਕਦੇ ਹਾਂ ਅਤੇ ਨਿਕਲਦੇ ਹਾਂ, ਹਾਲੇ ਘਰੇ ਬਸ ਦੱਸਣਾ, ਦੱਸ ਕੇ ਉਹਨਾਂ ਨੂੰ ਫਿਰ ਆਪਾਂ ਚੱਲਦੇ ਹਾਂ ਕੁਰੂਕਸ਼ੇਤਰ। ਚਲੋ ਜੀ ਨਿਕਲ ਗਏ ਆਪਾਂ ਘਰੋਂ ਦੀ, ਯਮੁਨਾਨਗਰ ਤੋਂ ਮੈਂ 15 ਕਿਲੋਮੀਟਰ ਅੱਗੇ ਆ ਗਿਆ। ਆਪਣੀ ਵਾਲੀ ਸਾਈਡ 'ਤੇ ਕਾਫੀ ਸਾਰਾ ਬੱਦਲ ਹੋਇਆ ਵਾ ਸੀ, ਬਟ ਜਿੱਧਰ ਮੈਂ ਪਹੁੰਚ ਗਿਆ ਇੱਥੇ ਹੈਗੀ ਹੈ ਧੁੱਪ, ਅਤੇ ਮੈਨੂੰ ਲੱਗਦਾ ਅੱਗੇ ਵੀ ਧੁੱਪ ਹੋਏਗੀ, ਮੌਸਮ ਖਰਾਬ ਹੋਏਗਾ। ਅਤੇ ਆਪਣਾ ਪਲੈਨ ਹੈ ਪਹਿਲੇ ਕੁਰੂਕਸ਼ੇਤਰ ਤੋਂ ਪਹਿਲਾਂ ਜੇ ਬੋਰਡਰ ਹੈਗਾ ਕੁਰੂਕਸ਼ੇਤਰ ਦਾ, ਪਿਪਲੀ ਹੈਗਾ ਚਿੜੀਆਘਰ, ਪਿਪਲੀ ਚਿੜੀਆਘਰ ਦਾ ਫਾਈਨਲੀ ਅੱਜ ਵਲੌਗ ਸ਼ੂਟ ਕਰਨ ਚੱਲੇ ਹਾਂ, ਅਤੇ ਪਿਪਲੀ ਚਿੜੀਆਘਰ ਦਾ ਆਪਾਂ ਪਹਿਲਾਂ ਵਲੌਗ ਸ਼ੂਟ ਕਰਾਂਗੇ, ਉਸ ਤੋਂ ਬਾਅਦ ਫਿਰ ਉਹ ਤੋਂ ਬਾਅਦ ਤੁਹਾਨੂੰ ਦੱਸਾਂਗਾ ਉਸ ਤੋਂ ਬਾਅਦ ਕਿੱਥੇ ਸ਼ੂਟ ਕਰਨਾ ਸੀ। ਸੋ ਪਹਿਲਾਂ ਮੈਂ ਤੁਹਾਨੂੰ ਪਿਪਲੀ ਜਾ ਕੇ ਫਿਰ ਮਿਲਦਾ। ਐਂਡ ਗਾਈਜ਼, ਇਹ ਜਿਹੜਾ ਰੋਡ ਹੈ ਨਾ, ਇਹ ਰਦੌਰ ਦਾ ਰੋਡ ਹੈ ਜਿਹੜਾ ਟੁੱਟਿਆ ਹੋਇਆ ਸੀ, ਹੁਣ ਬਣ ਗਿਆ, 70% ਰੋਡ ਕੰਪਲੀਟ ਹੋ ਗਿਆ। ਪਿੱਛੇ ਤਾਂ ਥੋੜ੍ਹਾ ਜਿਹਾ ਰਹਿ ਗਿਆ, ਅੱਗੇ ਸਾਰਾ ਬਣ ਗਿਆ ਜੀ, ਵਧੀਆ ਬਣ ਗਿਆ ਰੋਡ। ਹੋਣੇ ਪਹਿਲੇ ਇੱਥੇ ਸੜਕ ਹੈ ਹੀ ਨਹੀਂ ਸੀਗੀ, ਮਤਲਬ ਜੇ ਹਲਕੀ ਜਿਹੀ ਬਾਰਿਸ਼ ਹੋਵੇ ਨਾ ਇੱਥੋਂ ਦੀ ਕਾਰ ਲੈ ਕੇ ਨਿਕਲਦੇ ਵੀ ਡਰ ਲੱਗਦਾ ਸੀ ਕਿ ਕਾਰ ਫਸ ਜਾਏਗੀ, ਬਟ ਹੁਣ ਰਸਤਾ ਵਧੀਆ ਹੋ ਗਿਆ, ਬਸ ਅੱਗੇ ਥੋੜ੍ਹਾ ਬਹੁਤਾ ਰਹਿ ਗਿਆ ਜੀ, ਥੋੜ੍ਹਾ ਜਿਹਾ ਪਿੱਛੇ ਰਹਿ ਗਿਆ। ਸੋ ਬਣ ਰਿਹਾ ਜੀ ਰੋਡ, ਬਾਕੀ ਇੱਥੇ ਤਾਂ ਬਣ ਗਿਆ, ਇੱਥੇ ਇਹਨਾਂ ਨੇ ਸਾਰਾ ਬਰਾਬਰ ਵੀ ਕਰਤਾ, ਪਿੱਛੇ ਵਾਲੇ ਬਰਾਬਰ ਨਹੀਂ ਹੋਇਆ, ਇੱਥੇ ਤਾਂ ਬਣ ਗਿਆ, 70% ਰੋਡ ਬਣ ਗਿਆ ਜੀ, ਥੋੜ੍ਹਾ ਜਿਹਾ ਰਹਿ ਗਿਆ ਇੱਕ ਸਾਈਡ ਦਾ ਉਹ ਵੀ। ਚਲੋ ਜੀ ਗਾਈਜ਼, ਪਹੁੰਚ ਗਿਆ ਜੀ ਪਿਪਲੀ ਜੂ, ਇਹ ਜਿਹੜਾ ਹਾਈਵੇ ਹੈ ਇਹ ਰਾਈਟ ਸਾਈਡ ਤੋਂ ਅੰਬਾਲਾ ਜਾ ਰਿਹਾ, ਲੈਫਟ ਸਾਈਡ ਤੋਂ ਡੈਲੀ ਜਾ ਰਿਹਾ। ਕੁਰੂਕਸ਼ੇਤਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਪੁੱਲ ਆਉਂਦਾ ਜੀ, 1 ਕਿਲੋਮੀਟਰ ਪਹਿਲਾਂ ਇੱਥੇ ਪਿਪਲੀ ਜੂ ਲਿਖਿਆ ਹੋਇਆ, ਦੇਖੋ ਬਾਹਰ ਕੋਈ ਬੋਰਡ ਨਹੀਂ ਹੈ, ਸਿੱਧਾ ਉੱਪਰ ਹੀ ਲੱਗਿਆ ਹੋਇਆ ਪਿਪਲੀ ਜੂ। ਹੁਣੇ ਮੈਂ ਐਂਟਰੀ ਕੀਤੀ ਹੈ, ਸਾਹਮਣੇ ਬਾਈਕ ਖੜ੍ਹੀ ਕੀਤੀ ਰਾਈਟ ਸਾਈਡ 'ਤੇ, ਬਾਕੀ ਹੁਣ ਚੱਲੇ ਹਾਂ ਅੰਦਰ, ਦੇਖਦੇ ਹਾਂ ਕਿੰਨੇ ਦੀ ਟਿਕਟ ਆਉਂਦੀ ਹੈ, ਕੁਛ ਨਹੀਂ ਪਤਾ। 8:15 ਮੈਂ ਘਰੋਂ ਤੁਰਿਆ ਸੀਗਾ ਜੀ, ਪੂਰੇ 9:15 ਇੱਕ ਘੰਟੇ ਇੱਥੇ ਪਹੁੰਚ ਗਿਆ। ਟਿਕਟ ਹੀ ਬੜੀ, ₹10 ਦੀ ਟਿਕਟ ਹੈ ਜੀ, ਕਹਿੰਦੇ ਮੈਂ ਕਿੰਨੀ ਟਾਈਮ ਲਈ ਵੈਲਿਡ ਹੈ, ਕਹਿੰਦੇ 1 ਘੰਟਾ, ਮੈਂ ਕਿਹਾ 1 ਘੰਟੇ ਪੂਰਾ ਹੋ ਜਾਏਗਾ, ਕਹਿ ਰਹੇ ਹੋ ਜਾਏਗਾ, ਬਾਕੀ ਇੱਧਰ ਕੈਂਟੀਨ ਦਾ ਲੱਗਿਆ, ਦੇਖਦੇ ਹਾਂ ਕੀ ਹੈਗਾ। ਮੈਂ ਵੀ ਫਸਟ ਟਾਈਮ ਆਇਆ, ਇੱਕ ਵਾਰੀ ਪਹਿਲਾਂ ਆ ਸੀ ਉਦੋਂ ਐਂਟਰੀ ਨਹੀਂ ਹੋਈ ਸੀਗੀ। ਯਾਰ ਜਦੋਂ ਮੈਂ ਆ ਰਿਹਾ ਸੀ ਨਾ ਰਸਤੇ 'ਚ, ਕਦੇ ਬੱਦਲ ਹੋ ਰਿਹਾ ਸੀ, ਕਦੇ ਧੁੱਪ ਹੋ ਰਹੀ ਸੀ, ਮੈਂ ਕਿਹਾ ਚੱਲ ਇੱਥੇ ਪਹੁੰਚਾਂਗਾ, ਬੱਦਲ ਹੋਏਗਾ, ਬਟ ਇੱਥੇ ਧੁੱਪ ਨਿਕਲੀ ਹੋਈ, ਇਸ ਤੋਂ ਅੱਗੇ ਹੋਰ ਜਦੋਂ ਬੱਦਲ ਦਿਖ ਰਿਹਾ ਸੀ ਉੱਥੇ ਹੋਇਆ ਵਾ ਕਾਲਾ। ਗਲਤੀ ਹੋ ਗਈ ਮੇਰੇ ਤੋਂ, ਮੈਂ ਨਾ ਪਾਣੀ ਦੀ ਬੋਤਲ ਲੈਣੀ ਭੁੱਲ ਗਿਆ। ਚਲੋ ਹੁਣ ਕੋਈ ਨਹੀਂ, ਹੌਲੀ ਹੌਲੀ ਆਪਾਂ ਬਾਹਰ ਨਿਕਲ ਰਹੇ ਹਾਂ ਨਾ, ਇਹ ਤਾਂ ਸਾਨੂੰ ਸਮਝ ਆਉਂਦਾ, ਪਤਾ ਲੱਗਦਾ ਕੀ ਅੱਛਾ ਅਸੀਂ, ਸਾਡਾ ਇਹ ਚੀਜ਼ ਰਹਿ ਗਈ ਘਰੇ, ਅਸੀਂ ਇਹ ਲੈ ਕੇ ਆਉਣੀ ਸੀ, ਅਸੀਂ ਇਹ ਲੈ ਕੇ ਆਉਣੀ ਸੀ। ਉਹ ਸੈਲਫੀ ਸਟਿਕ ਤਾਂ ਮੈਂ ਬਾਈਕ 'ਤੇ ਹੀ ਛੱਡਿਆ ਜੀ। ਸੋ ਇਹ ਸੈਲਫੀ ਸਟਿਕ ਲੈ ਲਈ, ਹੁਣ ਚੱਲੇ ਜੀ ਦੁਬਾਰਾ ਅੰਦਰ। ਚਲੋ ਜੀ ਕਰਦੇ ਹਾਂ ਸਟਾਰਟ।
काफी टाइम बाद दोबारा जू देखने आए हैं। अगला पोर्शन तो पिया खाली, बाकी यार 10 रुपए की टिकट आई, कुछ समझ ही नहीं आ रहा कि कुछ होएगा नहीं होएगा। मैं दिल्ली गया ना, दिल्ली वाला जू देखा सीगा, प्रगति मैदान वाला, उत्थे 80 रुपए की टिकट सी, बट उत्थे काफ़ी जानवर सीगे। सही वधिया जी, इत्थे मतलब शांति है, पब्लिक भी घट नहीं, दिल्ली तो इन्नी पब्लिक है ना जी, दिल्ली वाले जू च पिछे लिखे इंडियन लैपर्ड। इस चे ना ही है नहीं लोमड़ी रखो, मैं रास्ता बंद कर रखा क्रोकोडाइल वाला, नहीं वहां से आया शायद, देखो। अच्छा वो सामने पानी में होगा ना, ये वाले पानी सामने क्रोकोडाइल आई, बार इतने बारिश करके सारा रास्ता बंद हुआ वा, बड़ी गंदी स्मैल आ रही है इतने पानी की। आएगा जी खलीज फिजेंट, ये दिल्ली भी देखे जी बड़ी तरह के सके, बट यार इतने खाली पा सारा। देखो ये लिखा सांबर एंड और है सामने, देखो वो सामने, हाँ देखो वो कानी हिला रहा है। ये आ गया जी ब्लैक बक, इतने बैठे होने कितने हिरन वगैरह चले गए, बहुत सारे ऐसे बैठे थे दस यार, इतने तो जानवर ही नहीं है जी ज्यादा। आ वेखो जी ये कोई दो बैठे हुए ने एनिमल, मन लग रहा दरियाई घोड़े है, बाकी पता नहीं की हैगा क्योंकि लिखा भी नहीं हुआ इतने। सो ये लास्ट इतने एनिमल सी जी, सो आ जी लास्ट एनिमल, बस इन्ना चिड़ियाघर से 10 रुपए दिते से, 10 मिनट ही लगे सारे देखने च, हूँ आप चलते हैं नैक्सट। वो थानू मैं इतने कहें जी कि यह हैगा इनफोरमेशन सेंटर, ये अंदर भी कुछ हैगा लोग लगे, वो कहें मैं हमने खोल दिता फिर देख लियो तुम। दूजे एनिमल सुना लो तो नहीं, आ ज़्यादा वधिया लग रहे हैं वाइट वाले, देखो पिछे काबले, जिन्ना कुछ लिखा है ना इन्ना कुछ है कोई नहीं, इतने लोयन भी सुता पे, पैंथर भी नहीं है, इन्ना भी नहीं है, जैकल भी नहीं है, घड़ियाल भी नहीं है, क्रोकोडाइल उधर चिकड़ होया वो तो नहीं है, बर्ड्स है भी, बर्ड्स भी दो दिखे सी, डियर नहीं है, ब्लैक बक देखी है शायद, बाकी वॉशरूम तो होना ही, हिप्पो लंगूर, लंगूर भी इधर उधर ही घूम रहे होने, लंगूर तो कितने भी दिख जाते जी। बाकी यार वैसे हरियाली वधिया जे तुसी इत्थे आना ना, वन टाइम विजिट हैगा तुसी आके कर सकते। सो गाइस ये जिहड़ी तुसी थल्ले देख रहे हो ना पई है, तो यह जामू ना, एंड यह जामू का पेड़ है देखो, आ देखो उपर किन्नियां लग रही जी, आ देखो हुण जे कोई ताजी ताजी थले गिरती ना फिर मैं टेस्ट करते इहनूं किवें दी आ, इह थले गिरी हुई है जी, कहीं पैरां पूरा थले, हुण जिद्दां ये सही है, ये सही है, बाकी उपरों जे कोई गिरदी है फिर देखदा। सो मैं चिड़ियाघर ना ही दिल्ली वाला देखा सीगा, उहदे च ना मैनूं घूमदे घूमदे 3.5 to 4 किलोमीटर मैं पैदल तुरिया सीगा, और इन्ना तुरिया सी ना उस तो बाद मैं थक गया सीगा जी, क्योंकि मैं मैनूं पैदल चलन का बहुत ज़्यादा शौक है, मैं उस टाइम भी बैठा रहा घट्टो घट्ट 1 घंटा बैठा, मैं थोड़ा रिलैक्स होया उस तो बाद गया सीगा, इत्थे तो असीं आए बाद चों खत्म ही पहले हो गया जी। सवाल हो जी, ये हो गया अपना थैंक्स सारा कुछ देखने लई, बट ये जिथे जिन्हें इतने बने हुए हैं सारे इधर है नहीं, हूँ आप चलते हैं अगे। सो गाइस जू आप देख लिया जी, हूँ आप चलेंगे इतों की गुरुद्वारा साहब जिहड़ा 6वीं पातशाह जी गुरुद्वारा, उस तो बाद चलेंगे आप पैनोरमा, पैनोरमा देख के उस तो बाद जावे असी ब्रह्म सरोवर, ब्रह्म सरोवर तक का अज का व्लॉग है सारा आप शूट करा, बाकी होर देखते हैं जो कुछ बच्चे रह देखने का आप जरूर तुम्हें दिखावे, तो अपने आप इंजॉय करा। सो गाइस निकल चुके हैं जी जू तो, हूँ असं अगे जा रहे हैं, तो बस गुरुद्वारा साहब जाने तो पहला रस्ते च रुक गया जी, एक नाश्ता करी, अच्छ मैं बहुत कई दिन हो गए से इतने आया, इधर का न्यू बस स्टैंड एंड वो बहर ही रुके हुए हैं। सो गाइस बड़ा वधिया लग रहा है जी, बहुत वधिया टेस्ट है इन्हों का। सो लो जी पहुँच गया कुरक्षेत्र गुरद्वारा साहब, गुरद्वारा साहब के काफ़ी ब्लॉक्स बन गए ने, अच्छ फिर आए एक बार दर्शन करके फिर अगे चलते।
सो जी गाइज हूँ गुरुद्वारा साहब हो गया फ्री दर्शन करके हूँ असं चलेंगे ब्रह्म सरोवर। पहला ब्रह्म सरोवर सरोवर देखा, गर्मी बहुत ज़्यादा हो रही है जी, तुम्हें दिख रहा होना गर्मी चढ़ी हुई है। उस तो बाद पेनोरमा चलेंगे, उत्थे ए सी लगे उत्थे वधिया नज़ारे लवेंगे। पहला असं ब्रह्म सरोवर चलते हैं जोड़ा इतों की बस अद्धा किलोमीटर पैंता है, दो मिनट का रस्ता उत्थे जाके फिर मैं तुम्हें स्टार्ट कर दूँ वीडियो। सिखते जी पहला ये आ गया एक कुंड है, पहला एक कुंड देखते हैं उस तो बाद फिर ब्रह्म सरोवर से चलेंगे क्योंकि उत्थे लिखा हुआ बाहर कुंड। मैं कुंड रीड कर लिया, पूरा रीड नहीं किया, फिर मैं इधर आ गया सी। पहला ही देखा फिर असं ब्रह्म सरोवर चलेंगे। ब्रह्म सरोवर वही है भैया वो सामने लाए, एक ही है ये कौन सा एक तो घाट है दूरों ही तुसी देख लो, मेन असीं उत्थे देखदे आं। मेरा वहम कोई नहीं हैगा जी, मैं अगे भी जा सकदा हुण। असीं उह सामने वाले ब्रह्म सरोवर हैगा उत्थे चलदे आं। आ वेखो जी इक नवां मंदिर तैयार हो रहा है, किस चीज़ दा हले कोई नेम लग्या नहीं, जे इत्थे कोई लोकल बंदे खड़े होंदे उन्होंने पता होना सीगा। बाकी यार देखो किन्ने वड्डे स्पेस तैयार हो रहा, उत्थों दी शुरू होके उत्थे तक जा रहा है जिथे वो अगे सड़क जा रही है राइट साइड। हाँ देखो किन्ने उच्चे फ्लोरस हैं ये, 7, 8, 9, 10, 11, 12, 13, 14, 15, 16, 17, 18, 19, 20, 21, 22, सो पता नहीं 23 है कि ज़्यादा है जी किन्ने है, कोई काउंट करते करते भी कई बार बंदा उन्हें कन्फ्यूज हो जाता है। बाकी यार देखो किन्ना वधिया किन्ना वड्डा, हुण इस साइड ब्रह्म सरोवर है जी वो सामने, वो जिहड़ा मंदिर दिख रहा है येलो कलर का उत्थे ब्रह्म सरोवर, असीं उत्थे चलते हैं। सड़क सारी खाली पई है जी, कदे कोई आंदा 2-4 मिनट बाद, मतलब मैनू 2-3 मिनट हो गए ने खड़े नूं, एक या दो बाइक गई है हुण तक, उस तो बाद कोई भी नहीं जा रहा। किन्ना वधिया लग रहा इत्थे, हवा भी लग रही है वधिया वधिया। टाइम हो गया जी, मैं 9:15 उत्थे पहुँचा सीगा, 11:15 हो गए ने, 9:15 तो लेके 11:15 तक आप पिपली जू भी कवर कर लिया, गुरुद्वारा साहब भी जाया है, दो चीज़ा कवर हो गया ने। हूँ असं ब्रह्म सरोवर चल रहे हैं, ब्रह्म सरोवर तो बाद आप जिम्मे तुम दसा मैं पनोरमा जाना है, हूँ असं ब्रह्म सरोवर देखते हैं। चलो चल के चलो जी पहुँच गया, इतने खड़ी की है बाइक, बाकी सामने ब्रह्म सरोवर की एंट्री है, गेट ये बहुत है जी, ज़्यादा नहीं तो 8-10 गेट होने ही, गेट नंबर का कुछ पता नहीं, बट मनो ये देखा फिर मैं इतने उस साइड सगा मैं सामने वो मंदिर को उधर दी मैं इधर इधरों एंट्री कर दी है, तो आ गया ब्रह्म सरोवर सामने, पहुँच गया ब्रह्म सरोवर से जिथे तक नज़र मार रहे हो सारा पानी पानी दिख रहा है। मैं ना इतने काफ़ी साल पहला आया सीगा जी, घट्टो घट्ट 8 या 9 साल पहला आया होवांगा, उस तो बाद अज आया फस्ट टाइम इतने व्लॉग शूट कर रहे हैं। अपना एरिया साढ़े को काफ़ी रह जाते हैं कुछ क्षेत्र के, फिलहाल इस तो बाद पनोरमा जाना जिमें तुम्हें दसिया, उसे जाके पनोरमे तो जाके पनोरमे बारे गल करा, बाकी इतने यार इतने फिर भी थोड़ी सफाई। सो इन देख के ना जी जिदा पानी है
ਪਾਣੀ ਦੇਖ ਕੇ ਤਰਨ ਤਾਰਨ ਸਾਹਿਬ ਦੀ ਯਾਦ ਆ ਰਹੀ ਕਿਉਂਕਿ ਤਰਨ ਤਾਰਨ ਸਾਹਿਬ ਗਏ ਸੀ ਗੁਰਦੁਆਰਾ ਸਾਹਿਬ ਗਿਆ ਸੀ ਮੈਂ ਥੋੜ੍ਹੇ ਦਿਨ ਪਹਿਲਾਂ ਦੋ ਕੁ ਮਹੀਨੇ ਪਹਿਲਾਂ ਵਲੋਗ ਸ਼ੂਟ ਕੀਤਾ ਸੀ ਉੱਥੇ ਵੀ ਦੂਰ ਦੂਰ ਤੱਕ ਪਾਣੀ ਪਾਣੀ ਦਿਖ ਰਿਹਾ ਸੀ ਸਾਰਾ ਚੱਕਰ ਲਾਵਾਂਗਾ ਨਾ ਜੀ ਉਹ ਤਾਂ ਕਾਫੀ ਟਾਈਮ ਲੱਗ ਜਾਏਗਾ ਆਪਾਂ ਸ਼ੋਰਟਕੱਟ ਕਰਦੇ ਹਾਂ ਘਾਟ ਉਹ ਸਾਹਮਣੇ ਅਸੀਂ ਆਏ ਸੀਗੇ ਅਤੇ ਮੇਰੀ ਗੱਲ ਹੋ ਗਈ ਆ ਉਹ ਕਹਿੰਦੇ ਅੱਗੇ ਜਾ ਕੇ ਉੱਥੇ ਜਾਓ ਸਾਹਮਣੇ ਉੱਥੋਂ ਰਸਤਾ ਨਿਕਲਦਾ ਉਸ ਸਾਈਡ ਹੁਣ ਉੱਥੇ ਜਾ ਰਹੇ ਹਾਂ ਫਿਰ ਅਸੀਂ ਉੱਧਰ ਚੱਲ ਕੇ ਮੇਨ ਜਿਹੜਾ ਮੰਦਰ ਆ ਉਹ ਦੇਖਦੇ ਹਾਂ ਸੋ ਦੇਖਦੇ ਹਾਂ ਮੰਦਰ ਦੇ ਵਿੱਚ ਫੋਟੋਗ੍ਰਾਫੀ ਹੈਗੀ ਹੈ ਕਿ ਨਹੀਂ ਹੈਗੀ ਬਾਕੀ ਬਾਹਰੋਂ ਤਾਂ ਤੁਸੀਂ ਇੰਜੋਏ ਕਰ ਹੀ ਰਹੇ ਹਾਂ ਫਿਰ ਪਾਣੀ ਦੇਖਦੇ ਹਾਂ ਟੱਚ ਕਰਕੇ ਕਿਵੇਂ ਦਾ ਗਰਮ ਹੈ ਠੰਡਾ ਠੀਕ ਆ ਨੋਰਮਲ ਜਿਹਾ ਜੋ ਆਪਣੇ ਘਰ ਟੈਂਕੀ 'ਚ ਹੁੰਦਾ ਨਾ ਸੇਮ ਹੋਈ ਹੈ ਜੀ ਬਾਕੀ ਪਹੁੰਚ ਗਿਆ ਇੱਥੇ ਹੁਣ ਇੱਥੋਂ ਦੀ ਉਹ ਉੱਥੇ ਜਾਵਾਂਗੇ ਉਹ ਕਹਿੰਦੇ ਇਸ ਸਾਈਡ 'ਤੇ ਰਸਤਾ ਹੈਗਾ ਤੁਸੀਂ ਉੱਧਰੋਂ ਘੁੰਮ ਕੇ ਫਿਰ ਉੱਧਰੋਂ ਆਪਾਂ ਬਾਹਰ ਨਿਕਲ ਜਾਵਾਂਗੇ ਇੱਕ ਸਾਈਡ ਆਪਣੀ ਕਵਰ ਹੋ ਗਈ ਹੈ ਸੋ ਗਾਇਜ਼ ਇਹ ਵਾਲਾ ਵਲੋਗ ਨਾ ਥੋੜ੍ਹਾ ਲੰਬਾ ਹੋ ਜਾਏਗਾ ਤਾਂ ਇਹਨੂੰ ਅਸੀਂ ਦੋ ਪਾਰਟਸ 'ਤੇ ਅਪਲੋਡ ਕਰਾਂਗੇ ਇੱਕ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ ਇੱਕ ਕੱਲ੍ਹ